ਨਵੇਂ ਚੁਣੇ ਕੈਬਨਿਟ ਵਜ਼ੀਰਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪੂਰੇ ਪੰਜਾਬ ਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਲੱਖ ਲੱਖ ਮੁਬਾਰਕਬਾਦ ਦਿੰਦਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਔਰ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਉਹਨਾਂ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਹੈ ਔਰ ਮੈਂ ਉਮੀਦ ਆਸ ਕਰਦਾ ਕਿ ਸ਼ੁਭਕਾਮਨਾਵਾਂ ਦਿੰਦਾ ਕਿ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦਾ ਕੰਮ ਹੈ ਜਿਹੜਾ ਉਹ ਅੱਜ ਤੋਂ ਹੀ ਸ਼ੁਰੂ ਹੋ ਗਿਆ। ਇਹ ਹਾਈਪੋਥੈਟੀਕਲ ਗੱਲਾਂ ਦਾ ਮੈਂ ਅੱਜ ਤੱਕ ਨਾ ਕਦੇ ਜਵਾਬ ਦਿੱਤਾ ਹੈ ਅਤੇ ਨਾ ਮੈਂ ਕਦੇ ਦੇਣਾ। ਮੈਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਮੈਂ ਪਾਰਟੀ ਦਾ ਸਭ ਤੋਂ ਛੋਟਾ ਅਤੇ ਨਿਮਾਣਾ ਵਰਕਰ ਹਾਂ। ਮੇਰੀ ਪਾਰਟੀ ਮੇਰੀ ਜ਼ਿੰਮੇਵਾਰੀ ਜਿੱਥੇ ਲਾਉਂਦੀ ਹੈ ਮੈਂ ਉਹ ਜ਼ਿੰਮੇਵਾਰੀ ਤਨਦੇਹੀ ਦੇ ਨਾਲ ਨਿਭਾਉਣ ਜਾਣਦਾ। ਅਹੁਦਿਆਂ ਦੀ ਰੇਸ 'ਚ ਨਾ ਕਦੇ ਅਮਨ ਸੀਧ ਹੈ ਅਤੇ ਨਾ ਕਦੇ ਹੋਊਗਾ। ਅੱਠ ਨਵੇਂ ਚਿਹਰੇ ਨੇ ਜਿਨ੍ਹਾਂ 'ਚੋਂ ਪਹਿਲੀ ਵਾਰ ਵਿਧਾਇਕ ਬਣ ਕੇ ਅਤੇ ਪਹਿਲੀ ਵਾਰ ਮੰਤਰੀ ਬਣੇ ਨੇ। ਆਮ ਆਦਮੀ ਪਾਰਟੀ ਕੀ USP ਹੀ ਯਹੀ ਹੈ ਕਿ ਨਏ ਲੋਕੋਂ ਕੋ ਆਮ ਘਰੋਂ ਕੇ ਬੇਟੇ ਬੇਟੀਓਂ ਕੋ ਮੌਕਾ ਆਮ ਆਦਮੀ ਪਾਰਟੀ ਦੇਤੀ ਹੈ। ਯਹੀ ਦਿੱਲੀ ਮੇਂ ਹੁਆ ਥਾ, ਯਹੀ ਪੰਜਾਬ ਮੇਂ ਹੁਆ ਹੈ। ਜੋ ਆਮ ਘਰੋਂ ਕੇ ਬੱਚੋਂ ਨੇ ਬੜੇ ਬੜੇ ਪੰਜਾਬ ਕੇ ਧੁਰੰਧਰੋਂ ਕੋ ਬੜੇ ਬੜੇ ਨੇਤਾਓਂ ਕੋ ਧੂਲ ਚਟਾ ਦੀ, ਯਹੀ ਆਮ ਆਦਮੀ ਪਾਰਟੀ ਕੀ USP ਹੈ। ਇਹਦੇ ਬਾਰੇ ਤਾਂ CM ਸਾਹਿਬ ਜਾਂ ਕੈਬਨਿਟ ਹੀ ਦੱਸ ਸਕਦੀ ਹੈ। ਪੋਰਟਫੋਲੀਓਜ਼ ਦਾ ਮੈਨੂੰ ਨਾ ਕੋਈ ਅੰਦਾਜ਼ਾ ਸੀ ਅਤੇ ਨਾ ਹੀ ਮੈਂ ਦੱਸ ਸਕਦਾ। ਜਿਹੜੇ ਬਾਕੀ 7 ਰਹਿ ਗਏ ਜੀ ਉਹ ਕਦੋਂ ਐਕਸਪੈਂਡ ਹੋ ਸਕਦੇ? ਇਹਦਾ ਜਿਹੜਾ ਦੇਖੋ ਜਿਹੜਾ ਮੰਤਰੀ ਬਣਾਉਣ ਦਾ ਜਾਂ ਪੋਰਟਫੋਲੀਓ ਦੇਣ ਦਾ ਪ੍ਰੈਰੋਗੇਟਿਵ ਅਧਿਕਾਰ ਖੇਤਰ ਜਿਹੜਾ ਹੁੰਦਾ ਉਹ ਮਾਣਯੋਗ CM ਦਾ ਹੁੰਦਾ ਅਤੇ ਜੋ ਚਾਹੇ ਇਸ ਕੈਬਨਿਟ ਦੇ ਵਿੱਚ ਜਿਨ੍ਹਾਂ ਨੂੰ ਥਾਂ ਮਿਲੀ ਹੈ, ਚਾਹੇ ਅਗਲੀ ਕੈਬਨਿਟ ਦੇ ਵਿੱਚ, ਚਾਹੇ ਪੋਰਟਫੋਲੀਓ ਦਾ ਜੋ ਵੀ ਫੈਸਲਾ ਮਾਨ ਸਾਹਿਬ ਕਰਨਗੇ ਉਹ ਪਾਰਟੀ ਦੇ ਅਤੇ 3 ਕਰੋੜ ਜਨਤਾ ਦੇ, ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਹੀ ਰੱਖ ਕੇ ਕਰਨਗੇ। ਸੋ ਇਹਦੇ ਬਾਰੇ ਪੋਰਟਫੋਲੀਓਜ਼ ਦੀ ਗੱਲ ਜਾਂ ਅਗਲੀ ਕੈਬਨਿਟ ਦੀ ਗੱਲ, ਇਹਦੇ ਬਾਰੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੀ ਦੱਸ ਸਕਦੇ ਨੇ।